ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜਗਦੀਪ ਜੋਗਾ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ ਜੀ ਤੁਹਾਡੇ ਪਸੰਦੀਦਾ ਚੈਨਲ ਗ੍ਰੈਂਡ ਮੀਡੀਆ ਦੇ ਖੂਬਸੂਰਤ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਅੱਜ ਦਿਲ ਦੀਆਂ ਗੱਲਾਂ ਆਪਾਂ ਕਿਹੜੇ ਸੱਜਣ ਸਤਿਕਾਰ ਦੇ ਨਾਲ ਕਰਨ ਜਾ ਰਹੇ ਹਾਂ, ਉਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਸ਼ੁਰੂਆਤ ਜਿਹੜੀ ਉਹ ਸਾਡੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਜਨਾਬ ਸ਼ਿਵ ਕੁਮਾਰ ਬਟਾਲਵੀ ਸਾਹਿਬ ਉਹਨਾਂ ਦੇ ਲੈਣਾ ਦੇ ਨਾਲ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਕਣ ਪੱਤਰ ਟਾਵਾਂ ਟਾਵਾਂ। ਸੋ ਅਸੀਂ ਪੰਜਾਬੀ ਮੁੱਢ ਕਦੀਮੋ ਹੀ ਪਸ਼ੂਆਂ ਨੂੰ ਪੰਛੀਆਂ ਨੂੰ ਦਰੱਖਤਾਂ ਨੂੰ ਪਿਆਰ ਕਰਦੇ ਆਏ ਹਾਂ, ਅਤੇ ਇਹਨਾਂ ਸਾਰੇ ਹੀ ਦਰੱਖਤਾਂ ਨੇ ਪਸ਼ੂਆਂ ਨੇ ਪੰਛੀਆਂ ਨੇ ਸਾਡੇ ਜੀਵਨ ਦਾ ਹਿੱਸਾ ਬਣ ਕੇ ਸਾਨੂੰ ਬੜਾ ਮਾਣ ਬੜਾ ਸਤਿਕਾਰ ਬੜਾ ਸਹਿਯੋਗ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ। ਅੱਜ ਸਪੈਸ਼ਲੀ ਆਪਾਂ ਗੱਲਾਂ ਬਾਤਾਂ ਕਰਨ ਦੇ ਲਈ ਪੰਛੀਆਂ ਦੇ ਉੱਪਰ ਅਤੇ ਪੌਦਿਆਂ ਦੇ ਉੱਪਰ ਵਾਤਾਵਰਨ ਦੇ ਉੱਪਰ ਆਪਾਂ ਕਹਿ ਰਹੀ ਗੱਲਬਾਤ ਕਰਾਂਗੇ। ਮੇਰੇ ਨਾਲ ਸਾਡੇ ਸੋਹਣੇ ਮਾਲਵੇ ਦੇ ਮਾਣ ਮੱਤੇ ਉਹ ਹਸਤਾਕਸ਼ਰ ਨੇ, ਜਾਂ ਕਹਿ ਲਵਾਂ ਕਿ ਉਹ ਸ਼ਬਾਈ ਨੇ ਸਾਡੇ ਨਾਲ, ਜਿਨ੍ਹਾਂ ਨੂੰ ਬਚਪਨ ਤੋਂ ਹੀ ਇੱਕ ਤਾਂਘ ਸੀ ਕਿ ਮੇਰਾ ਸਾਰਾ ਇਲਾਕਾ ਹੈ, ਮੇਰੀ ਸਾਰੀ ਏਰੀਆ ਜਿਹੜਾ ਹੈ ਹਰਿਆ ਭਰਿਆ ਹੋਵੇ ਅਤੇ ਉਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਜਾਨਵਰ ਆਉਣ, ਤਾਂ ਅਸੀਂ ਕੁਦਰਤ ਦੇ ਨਾਲ ਜੁੜ ਕੇ ਉਹਨਾਂ ਨਾਲ ਬਾਤਾਂ ਪਾਈਏ, ਸਾਂਝ ਪਾਈਏ। ਸੋ ਸਵਾਗਤ ਹੈ ਜੀ, ਜੀ ਆਇਆਂ ਨੂੰ ਕਹਿੰਦੇ ਹਾਂ ਸੰਦੀਪ ਧੌਲਾ ਸਾਹਿਬ। ਇਹਨਾਂ ਦੀ ਮੈਂ ਕੀ ਤਾਰੀਫ ਕਰਾਂ, ਆਪਣੇ ਆਪ ਵਿੱਚ ਇੱਕ ਤਾਰੀਫ ਨੇ। ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਸਪੈਸ਼ਲੀ ਜੀ ਆਇਆਂ ਨੂੰ, ਅਤੇ ਅਸੀਂ ਭਾਗਾਂ ਵਾਲੇ ਹਾਂ ਕਿ ਅੱਜ ਸਾਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ। ਮੈਂ ਸਭ ਤੋਂ ਪਹਿਲਾਂ ਤੁਹਾਡਾ ਅਤੇ ਤੁਹਾਡੀ ਗ੍ਰੈਂਡ ਮੀਡੀਆ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਜੀ। ਸੋ ਸੰਦੀਪ, ਕਾਫੀ ਆਰਟੀਕਲ ਤੁਹਾਡੇ ਮੈਂ ਦੇਖੇ, ਕਾਫੀ ਤੁਹਾਡੀਆਂ ਵੀਡੀਓ ਦੇਖੀਆਂ, ਫੇਸਬੁੱਕ 'ਤੇ ਕਾਫੀ ਤੁਹਾਨੂੰ ਦੇਖਿਆ ਵਾਚਿਆ, ਕਿ ਇੱਕ ਜਨੂੰਨ ਦਾ ਜਿਹੜਾ ਹੈਗਾ ਵੀ ਹੱਦ ਹੁੰਦੀ ਹੈ, ਉਹ ਤੁਸੀਂ ਹੱਦ ਟੱਪ ਕੇ ਵੀ ਪਸ਼ੂਆਂ ਨੂੰ ਪੰਛੀਆਂ ਨੂੰ ਖਾਸ ਤੌਰ 'ਤੇ ਹੈ ਨਾ, ਅਤੇ ਇਨਵਾਇਰਮੈਂਟ ਨੂੰ ਪਲਾਂਟੇਸ਼ਨ ਨੂੰ ਤੁਸੀਂ ਤਰਜੀਹ ਦਿੰਦੇ ਹੋ, ਆਪਣਾ ਬੜਾ ਵੱਡਾ ਕੀਮਤੀ ਸਮਾਂ ਦਿੰਦੇ ਹੋ, ਇਹਦੀ ਚੇਤਕ ਤੁਹਾਨੂੰ ਕਿੱਥੋਂ ਲੱਗੀ? ਬਸ ਜੀ, ਜਦੋਂ ਨਾ ਆਪਾਂ ਕਹਿੰਦੇ ਹੁੰਦੇ ਹਾਂ ਹਰ ਇੱਕ ਬੰਦੇ ਦੇ ਨਾਲ ਹੀ ਹੁੰਦਾ ਹੈ ਇਹ ਸਾਰਾ ਕੁਛ, ਪਰ ਉਹਨੂੰ ਸਮੇਂ ਦੇ ਨਾਲ ਪਤਾ ਲੱਗਦਾ ਵੀ ਆਪਾਂ ਕੀ ਆਪਾਂ ਨੂੰ ਚੰਗਾ ਲੱਗਦਾ ਕੀ ਨਹੀਂ, ਹੈ ਨਾ। ਇਹ ਸ਼ੁਰੂ ਤੋਂ ਹੀ ਸ਼ੌਂਕ ਤਾਂ ਹੈਗਾ ਸੀ, ਪਰ ਅਸੀਂ 2005 ਦੇ ਵਿੱਚ ਸਰਦਾਰ ਸੁਖਵੰਤ ਸਿੰਘ ਸਾਡੇ ਸਰ ਹੁੰਦੇ ਸੀ, ਉਹ ਸਾਨੂੰ NSS ਦੇ ਵਿੱਚ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਕਰਵਾਇਆ, ਅਤੇ ਉਹ ਸਾਡੇ ਤੋਂ ਬੂਟੇ ਵੀ ਲਵਾਉਂਦੇ ਅਤੇ ਸਾਫ਼ ਸਫਾਈ ਵੀ ਕਰਵਾਉਂਦੇ ਸੀ, ਅਤੇ ਉੱਥੋਂ ਫਿਰ ਦੁਬਾਰੇ ਜਿਹੜਾ ਹੈਗਾ ਅਸੀਂ ਸ਼ੁਰੂ ਕੀਤਾ। ਫਿਰ ਸਾਡੇ ਵੱਡੇ ਵੀਰ, ਮੈਂ ਉਹਨਾਂ ਦਾ ਨਾਮ ਲੈਣਾ ਚਾਹੁੰਦਾ, ਡਾਕਟਰ ਜਰਨੈਲ ਸਿੰਘ ਜੀ, ਉਹ ਸਾਡੇ ਤੋਂ ਸੀਨੀਅਰ ਸੀ, ਉਹ ਸਾਨੂੰ ਕਹਿੰਦੇ ਵੀ ਆਪਾਂ ਜਿਹੜੇ ਹੈਗੇ ਆ ਬੂਟੇ ਲਾਉਣੇ ਆ, ਜਿੰਨੀਆਂ ਵੀ ਜਗ੍ਹਾ ਖਾਲੀ ਪਈਆਂ ਸੀ ਪਿੰਡ ਦੇ ਵਿੱਚ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ, ਅਤੇ ਅਸੀਂ ਉਹ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ ਜੀ। ਵੀ 300 ਕਿਤੇ ਬੂਟਾ ਲਾਇਆ, ਕਿਤੇ 400 ਲਾਇਆ, ਕਿਤੇ 200 ਲਾਇਆ, ਅਸੀਂ ਸਾਰੀਆਂ ਜਗ੍ਹਾ ਜਿਹੜੀਆਂ ਹੈਗੀਆਂ ਸੀ ਉਹ ਬੂਟਿਆਂ ਨਾਲ ਭਰਤੀਆਂ ਜੀ। ਹਾਂਜੀ, ਅਤੇ ਹੁਣ ਤੱਕ ਜਿਹੜਾ ਹੈਗਾ ਜੀ ਕਰ ਰਹੇ ਹਾਂ। ਮੈਂ ਦੇਖਿਆ ਕਿ ਜਦੋਂ ਧੌਲੇ ਪਿੰਡ 'ਚ ਅਕਸਰ ਆਈ ਤਾਂ ਸਾਡਾ ਗਵਾਂਢੀ ਪਿੰਡ ਹੋਣ ਦੇ ਨਾਤੇ ਚੱਕਰ ਲੱਗਦੇ ਰਹਿੰਦੇ ਹੈ ਨਾ, ਅਤੇ ਮੈਨੂੰ ਲੱਗਦਾ ਕੋਈ ਖੰਭਾ ਇੱਦਾਂ ਦਾ ਨਹੀਂ ਹੋਣਾ, ਕੋਈ ਜਗ੍ਹਾ ਇੱਦਾਂ ਦੀ ਨਹੀਂ ਹੋਣੀ ਜਿੱਥੇ ਤੁਹਾਨੂੰ ਖਾਸ ਤੌਰ 'ਤੇ ਇਹਨਾਂ ਦੇ ਜਿਹੜੇ ਆਲਣੇ ਨਾ ਲੱਗੇ ਮਿਲਣ, ਅਤੇ ਇਹ ਇੱਕ ਵੱਖਰੀ ਜਿਹੀ ਸੋਚ ਆ ਹੈ ਨਾ। ਇਦੋਂ ਪਹਿਲਾਂ ਮੈਨੂੰ ਲੱਗਦਾ ਕਿ ਸ਼ਾਇਦ ਹੀ ਕੋਈ ਆਲਣੇ ਬਣਾਉਂਦਾ ਹੋਵੇ, ਇਹ ਤੁਹਾਨੂੰ ਇਹ ਕਿੱਥੋਂ ਦੇ ਤੁਸੀਂ ਇੰਸਪਾਇਰ ਹੋਏ ਵੀ ਆਲਣੇ ਬਣਾਉਣੇ ਚਾਹੀਦੇ ਨੇ? ਆਲਣੇ ਜੀ, ਇਹ ਨਹੀਂ ਹੈਗਾ ਵੀ ਕੋਈ ਕਰਦਾ ਨਹੀਂ ਸੀ ਕੰਮ, ਬਹੁਤ ਵਾਤਾਵਰਨ ਪ੍ਰੇਮੀ ਹੈਗੇ ਆ ਜਿਹੜੇ ਆਪਣੇ ਆਪਣੇ ਤੌਰ 'ਤੇ ਸਮੇਂ ਸਮੇਂ ਸਿਰ ਕਰਦੇ ਰਹੇ ਆ ਕੰਮ, ਅਤੇ ਸਾਨੂੰ ਵੀ ਲੱਗਿਆ ਵੀ ਯਾਰ ਪਹਿਲਾਂ ਇੰਨੀਆਂ ਚਿੜੀਆਂ ਹੁੰਦੀਆਂ ਸੀ, ਇੰਨੇ ਪੰਛੀ ਹੁੰਦੇ ਸੀ ਵੀ ਜਿਹੜੇ ਹੁਣ ਅਲੋਪ ਹੋ ਚੁੱਕੇ ਆ, ਫਿਰ ਉਹਦੇ ਕਾਰਨ ਲੱਭੇ ਵੀ ਕੀ ਕਾਰਨ ਆ ਉਹਨਾਂ ਦੇ ਅਲੋਪ ਹੋਣ ਦਾ, ਫਿਰ ਬਜ਼ੁਰਗਾਂ ਤੋਂ ਜਾਣਿਆ ਅਤੇ ਹੋਰ ਜਿਹੜੇ ਬੁੱਧੀਜੀਵੀ ਲੋਕ ਹੈਗੇ ਆ ਉਹਨਾਂ ਤੋਂ ਜਾਣਿਆ ਵੀ ਇਹ ਕਿਉਂ ਇੱਥੋਂ ਚਲੇ ਗਏ, ਵੀ ਆਪਾਂ ਇਹਨਾਂ ਨੂੰ ਕਿਵੇਂ ਵਾਪਸ ਲਿਆ ਸਕਦੇ ਹਾਂ, ਫਿਰ ਉਹ ਕਿੱਥੇ ਰਹਿੰਦੇ ਸੀ, ਕਿਵੇਂ ਰਹਿੰਦੇ ਸੀ, ਕਿਹੋ ਜਿਹਾ ਵਾਤਾਵਰਨ ਭਾਲਦੇ ਸੀ, ਅਸੀਂ ਉਹ ਬਣਾਉਣਾ ਸ਼ੁਰੂ ਕਰਤਾ ਜੀ। ਅਤੇ ਸੋ ਹੁਣ ਤੱਕ ਜਿਹੜਾ ਹੈਗਾ ਉਹ ਕੰਮ ਚੱਲ ਰਿਹਾ ਅਤੇ ਬਹੁਤ ਸਾਰੇ ਪੰਛੀ ਜਿਹੜੇ ਹੈਗੇ ਆ ਵਾਪਸ ਆ ਰਹੇ ਆ। ਮੇਰੇ ਯਾਦ ਆ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ, ਮਤਲਬ ਪੜ੍ਹਦੇ ਸੀ ਸਕੂਲ ਟਾਈਮ, ਹੈ ਨਾ, ਅਤੇ ਅਸੀਂ ਸਾਡੇ ਨਾ ਇੱਕ ਹੁੰਦਾ ਸੀ ਬਰਾਂਡਾ, ਹਾਂਜੀ, ਅਤੇ ਉਹ ਕੜੀਆਂ ਵਾਲਾ ਸੀ, ਉਹ ਚਿੜੀਆਂ ਤਕਰੀਬਨ 10-15 ਚਿੜੀਆਂ ਉਹ ਉੱਥੇ ਰਹਿੰਦੀਆਂ ਸੀ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਸੀ ਸਾਨੂੰ ਉਠਾਉਣਾ, ਅਸੀਂ ਤਕਰੀਬਨ ਉਹਨਾਂ ਨਾਲ ਖੇਡਦੇ ਰਹਿੰਦੇ, ਫਿਰ ਅਸੀਂ ਕਹਿੰਦਾ ਟੋਕਰ ਲਾ ਕੇ ਚਿੜੀਆਂ ਫੜਨੀਆਂ, ਰੰਗ ਕਰਕੇ ਛੱਡ ਦੇਣੀਆਂ ਜੀ। ਵਾਕਈ ਉਹ ਬਚਪਨ ਆ ਜਿਹੜਾ, ਜਾਂ ਕਹਿ ਲਈਏ ਵੀ ਉਹ ਇੱਕ ਸਾਡੀ ਕੁਦਰਤ ਨਾਲ ਜਿਹੜੀਆਂ ਖੇਡਾਂ ਸੀ,
ਤੇ ਉਹ ਇੱਕ ਇਹ ਕਹ ਲਓ ਵੀ ਅਲੋਪ ਇੱਕ ਤਰ੍ਹਾਂ ਦੀ ਹੋ ਗਈਆਂ ਤੇ ਤੁਹਾਡੇ ਮਤਲਬ ਯਤਨਾਂ ਦੇ ਨਾਲ ਤੁਹਾਡੀ ਟੀਮ ਦੇ ਯਤਨਾਂ ਦੇ ਨਾਲ ਤੁਹਾਡੇ ਸਹਿਯੋਗੀਆਂ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਦੇਖਿਆ ਕਿ ਕੱਲ ਵੀ ਤੁਸੀਂ ਇੱਕ ਪਾਈ ਸੀ ਵੀ ਕਿ ਨਵਾਂ ਪੰਛੀ ਜਿਹੜਾ ਮਤਲਬ ਨਵਾਂ ਤਾਂ ਨਹੀਂ ਕਹਿ ਸਕਦੇ ਵੀ ਲੱਭਿਆ ਤੁਹਾਨੂੰ ਹਾਂਜੀ ਹਾਂਜੀ ਵੀ ਅਲੋਪ ਹੋ ਰਿਹਾ ਜਿਹੜਾ ਪੰਛੀ ਲੱਭਿਆ ਉਹ ਕਿਹੜੇ ਪੰਛੀ ਦੀ ਗੱਲ ਕੀਤੀ ਸੀ ਉਹ ਬ੍ਰਾਹਮਣੀ ਮੈਣਾ ਸੀ ਜੀ ਅੱਛਾ ਆਪਣੀਆਂ ਗਟਾਰਾਂ ਦੇ ਵਿੱਚ ਚਾਰ ਕੁ ਪ੍ਰਜਾਤੀਆਂ ਹੈਗੀਆਂ ਨੇ ਆਪਣੀ ਏਰੀਆ ਦੇ ਵਿੱਚ ਜੀ ਉਹਦੇ ਵਿੱਚੋਂ ਇੱਕ ਆਉਂਦੀ ਹੈ ਡੱਬੀ ਮੈਣਾ ਜੀ ਚਿੱਟੀ ਤੇ ਕਾਲੀ ਹੁੰਦੀ ਹੈ ਤੇ ਇੱਕ ਜੰਗਲੀ ਗਿਟਾਰ ਹੁੰਦੀ ਹੈ ਸੁਰਮੇ ਰੰਗੀ ਜੀ ਤੇ ਇੱਕ ਕੋਮਨ ਮੈਣਾ ਆ ਗਈ ਜੀ ਜਿਹੜੀ ਆਮ ਹੀ ਜ਼ਿਆਦਾ ਹੈਗੀ ਹੈ ਆਪਣੇ ਤੇ ਚੌਥੀ ਹੈਗੀ ਸੀ ਬ੍ਰਾਹਮਣੀ ਮੈਣਾ ਜੀ ਬ੍ਰਾਹਮਣੀ ਮੈਣਾ ਆਪਣੇ ਇੱਥੇ ਬਹੁਤ ਘੱਟ ਪਾਈ ਜਾਂਦੀ ਸੀ ਜੀ ਤੇ ਅੱਜ ਕੱਲ ਮੈਂ ਉਹ ਜਿਹੜੀ ਹੈਗੀ ਆ ਦੇਖੀ ਮੈਂ ਵੀਡੀਓ ਵੀ ਬਣਾਈ ਸੀ ਪਰ ਇੱਕ ਦੇਖੋ ਵੀਡੀਓ ਦੇ ਵਿੱਚ ਵੀ ਤੁਸੀਂ ਵੀ ਦੇਖਿਆ ਵੀ ਉਹ ਨਾਲੀ ਵਾਲਾ ਪਾਣੀ ਪੀ ਰਹੀ ਹੈ ਜੀ ਗੰਦਾ ਤੇ ਕਿਉਂਕਿ ਜ਼ਹਿਰੀਲਾ ਪਾਣੀ ਹੈ ਜੀ ਕੈਮੀਕਲ ਵਾਲਾ ਪਾਣੀ ਆ ਇੰਨੇ ਸੋਹਣੇ ਪੰਛੀ ਹੈ ਇੱਦਾਂ ਹੀ ਖਤਮ ਹੋ ਰਹੇ ਆ ਇਹ ਗੰਦਾ ਜ਼ਹਿਰੀਲਾ ਪਾਣੀ ਪੀ ਪੀ ਇੱਕ ਤਾਂ ਕਾਰਨ ਹੋ ਗਿਆ ਜ਼ਹਿਰੀਲਾ ਪਾਣੀ ਪੀਣ ਦੇ ਨਾਲ ਪੰਛੀ ਜਿਹੜੇ ਸਾਡੇ ਤੋਂ ਖਤਮ ਹੋ ਰਹੇ ਮਤਲਬ ਧਰਤੀ ਤੋਂ ਖਤਮ ਹੋ ਰਹੇ ਜੀ ਬਹੁਤ ਵੱਡੀ ਤਾਦਾਦ ਦੇ ਵਿੱਚ ਤਕਰੀਬਨ ਹੋ ਵੀ ਚੁੱਕੇ ਨੇ ਹਾਂਜੀ ਹੋਰ ਕੀ ਕਾਰਨ ਨੇ ਖਤਮ ਹੋਣ ਦੇ ਜਿਹੜੀਆਂ ਆਪਾਂ ਜੀ ਸਪਰੇਹਾਂ ਕਰਦੇ ਹਾਂ ਜੀ ਜ਼ਹਿਰੀਲਾ ਪਾਣੀ ਹੋ ਗਿਆ ਸਪਰੇਹਾਂ ਹੋ ਗਈਆਂ ਤੇ ਜਿਹੜੀਆਂ ਇਹਨਾਂ ਦੀਆਂ ਜਗ੍ਹਾ ਹੈਗੀਆਂ ਸੀ ਜੀ ਕੁਦਰਤੀ ਸੋਮੇ ਸੀ ਜੀ ਜਿਵੇਂ ਹੁਣ ਟਿੱਬੇ ਹੋ ਗਏ ਜੀ ਘਰਾਂ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਬਾਲੇ ਕੜੀਆਂ ਨੇ ਛੱਤਾਂ ਦੀ ਗੱਲ ਕਰਕੇ ਹਟੇ ਹੋ ਜਾਂ ਘਰਾਂ ਦੇ ਵਿੱਚ ਆਪਣੇ ਖੁੱਡਾਂ ਹੁੰਦੀਆਂ ਸੀ ਕੱਚੇ ਘਰਾਂ ਦੇ ਵਿੱਚ ਵੀ ਖੁੱਡਾਂ ਹੁੰਦੀਆਂ ਸੀ ਤੇ ਪੱਕਿਆਂ ਦੇ ਵਿੱਚ ਵੀ ਆਪਾਂ ਆਮ ਹੀ ਜਿਹੜੇ ਪੈੜ ਕਰਨ ਵਾਸਤੇ ਜਿਹੜੀ ਖੁੱਡ ਰੱਖਦੇ ਸੀ ਉਹ ਇੱਦਾਂ ਹੀ ਰਹਿ ਰੂਹ ਜਾਂਦੀ ਸੀ ਤੇ ਇਹ ਬਾਕੀ ਵਿਰਾਸਤੀ ਰੁੱਖ ਸੀ ਜੀ ਜਿਨ੍ਹਾਂ ਦੇ ਵਿੱਚ ਇਹ ਜਿਨ੍ਹਾਂ ਦੀਆਂ ਖੁੱਡਾਂ ਦੇ ਵਿੱਚ ਇਹ ਆਪਣੇ ਆਲਣੇ ਬਣਾਉਂਦੇ ਸੀ ਤੇ ਉਹ ਸਾਰੀਆਂ ਆਪਾਂ ਖਤਮ ਕਰਤੀਆਂ ਜੀ ਇਹਦੇ ਕਰਕੇ ਇਹਨਾਂ ਨੂੰ ਬਰੀਡਿੰਗ ਲਈ ਜਗ੍ਹਾ ਨਹੀਂ ਮਿਲੀ ਤੇ ਫਿਰ ਇਹਨਾਂ ਨੇ ਜਿਹੜੇ ਹੈਗਾ ਇੱਥੋਂ ਜੀ ਮੂਵ ਹੋਣਾ ਬਿਹਤਰ ਸਮਝਿਆ ਜੇ ਆਪਾਂ ਧੌਲੇ ਪਿੰਡ ਦੀ ਗੱਲ ਕਰੀਏ ਤਾਂ ਤੁਸੀਂ ਤੁਹਾਡੇ ਪਿੰਡ ਦੀਆਂ ਉਹ ਸਰਕਾਰੀ ਜਗ੍ਹਾ ਮਾ ਜਾਂ ਪਿੰਡ ਦੀਆਂ ਉਹ ਜਗ੍ਹਾ ਕਿਹੜੀਆਂ ਕਿਹੜੀਆਂ ਜਿੱਥੇ ਤੁਸੀਂ ਬੂਟੇ ਵੀ ਲਾਏ ਨੇ ਤੇ ਆਲਣੇ ਵੀ ਲਾਏ ਨੇ ਤੇ ਪੰਛੀ ਉੱਥੇ ਵਾਪਸ ਆਏ ਨੇ ਓਵਰਆਲ ਜੀ ਜਿੰਨੇ ਵੀ ਤੁਸੀਂ ਆਪਾਂ ਇੱਕ ਕਹੀਏ ਦੋ ਕਹੀਏ ਓਵਰਆਲ ਜਿੰਨੀਆਂ ਵੀ ਸਾਂਝੀਆਂ ਜਗ੍ਹਾ ਚਾਹੇ ਸ਼ਮਸ਼ਾਨ ਘਾਟ ਆ ਗੁਰਦੁਆਰਾ ਸਾਹਿਬ ਆ ਸਕੂਲ ਨੇ ਜੀ ਕੋਈ ਪੀਰਖਾਨਾ ਕੋਈ ਆਪਣੀ ਸਕੂਲ ਹੋਰ ਹੈਗੇ ਨੇ ਛੋਟੇ ਸਕੂਲ ਵੀ ਹੈਗੇ ਆ ਜੀ ਹਨਾ ਜਿੰਨਾ ਵੀ ਕੁਛ ਹੈਗਾ ਜੀ ਸਰਕਾਰੀ ਉੱਥੇ ਅਸੀਂ ਸਾਰੇ ਹੀ ਬੂਟੇ ਲਾਏ ਆ ਤੁਹਾਡੇ ਯਤਨਾਂ ਨੂੰ ਕਿੰਨਾ ਕਬੂਰ ਪਿਆ ਵੀ ਕਿਹੜੇ ਕਿਹੜੇ ਆ ਚਿੜੀਆਂ ਖਾਸ ਤੌਰ ਤੇ ਜਾਂ ਹੋਰ ਕਿਹੜੇ ਕਿਹੜੇ ਪੰਛੀ ਨੇ ਜਿਹੜੇ ਅਲੋਪ ਹੋ ਰਹੇ ਸੀ ਉਹ ਵਾਪਸ ਆਏ ਨੇ ਉਹਨਾਂ ਬਾਰੇ ਸਾਨੂੰ ਡਿਟੇਲ 'ਚ ਪਲੀਜ਼ ਦੱਸੋ ਘਰੇਲੂ ਚਿੜੀ ਜੀ ਬਹੁਤ ਜਿਹੜੀ ਹੈਗੀ ਆ ਆਈ ਆ ਹੁਣ ਬਹੁਤ ਜ਼ਿਆਦਾ ਵੀ ਝੁੰਡਾਂ ਦੇ ਝੁੰਡ ਆ ਜੀ ਘਰੇਲੂ ਚਿੜੀ ਦੇ ਫਿਰ ਗਟਾਰਾਂ ਹੋ ਗਈਆਂ ਜੀ ਇੱਕ ਪ੍ਰਜਾਤੀ ਦੀ ਕਮੀ ਸੀ ਉਹ ਵੀ ਆਉਣੀ ਸ਼ੁਰੂ ਹੋ ਗਈ ਜੀ ਤੇ ਫਿਰ ਆਪਣੇ ਦੇਖੋ ਚੁਗਲ ਹੋ ਗਿਆ ਚੁਗਲ ਜਿਹਨੂੰ ਕੋਚਰ ਕਹਿ ਦਿੰਦੇ ਆਪਾਂ ਕਾਲਰ ਵਾਲਾ ਉੱਲੂ ਤੁਹਾਨੂੰ ਕੱਲ੍ਹ ਵੀ ਵਿਖਾਇਆ ਸੀ ਮੈਂ ਹਨਾ ਤੇ ਸੁਨਹਿਰੀ ਉੱਲੂ ਆ ਗਿਆ ਜੀ ਤੇ ਕਾਂ ਆਉਣੇ ਸ਼ੁਰੂ ਹੋ ਗਏ ਕਾਂ ਵੀ ਇੱਥੇ ਖਤਮ ਹੀ ਹੋ ਗਏ ਸੀ ਜੀ ਤੇ ਫਿਰ ਆਪਣੇ ਧਾਨ ਚਿੜੀ ਹੋ ਗਈ ਜੀ ਲਗੋਜ਼ਾ ਹੋ ਗਿਆ ਮੁਨੀਆਂ ਹੋ ਗਈਆਂ ਤੇ ਬਸੰਤਾ ਹੋ ਗਿਆ ਕਠਫੋੜਾ ਹੋ ਗਿਆ ਤੇ ਫਿਰ ਤਿੱਤਰ ਖਤਮ ਸੀ ਜੀ ਆਪਣੇ ਸੁਭਾਨੀ ਤਿੱਤਰ ਤੇ ਕਾਲਾ ਤਿੱਤਰ ਇਹ ਵੀ ਆਉਣੇ ਬਹੁਤ ਹੁਣ ਹੋ ਗਏ ਤੇ ਹੋਰ ਵੀ ਬਹੁਤ ਸਾਰੇ ਪੰਛੀ ਹੈਗੇ ਆ ਵੀ ਜਿਹੜੇ ਆ ਰਹੇ ਆ ਜੀ ਤੁਸੀਂ ਜਿਹੜੇ ਪੰਛੀਆਂ ਦੇ ਨਾਂ ਲਿੱਤੇ ਨੇ ਤਕਰੀਬਨ ਮੈਨੂੰ ਲੱਗਦਾ ਕਿ ਇਹਦੇ ਲਈ ਤੁਹਾਨੂੰ ਕੋਈ ਸਪੈਸ਼ਲ ਨੌਲੇਜ ਜਾਂ ਕਿਸੇ ਬਜ਼ੁਰਗਾਂ ਦੀ ਸੰਗਤ ਦਾ ਅਸਰ ਉਹ ਕੀ ਹੈ ਕਿਉਂਕਿ ਅੱਜ ਕੱਲ੍ਹ ਤਕਰੀਬਨ ਮੈਂ ਵੀ ਕਹਿ ਲਵਾਂ ਤਾਂ ਮੈਨੂੰ ਵੀ ਇੰਨੇ ਪੰਛੀਆਂ ਬਾਰੇ ਉਨਾ ਗਿਆਨ ਹੈ ਨਹੀਂ ਹਨਾ ਤੇ ਇਹਦੇ ਵਾਸਤੇ ਤੁਸੀਂ ਕੋਈ ਸਪੈਸ਼ਲ ਐਜੂਕੇਸ਼ਨ ਲਈ ਹੈ ਜਾਂ ਕੋਈ ਤਰਾਸ਼ਣਾ ਆਪਾਂ ਹੁੰਦਾ ਤੇ ਵੀ ਮੈਂ ਤਾਂ ਸਮਾਜ ਬਾਰੇ ਕਹੂੰਗਾ ਜੀ ਵੀ ਸਮਾਜ ਹੀ ਗੁਰੂ ਆਪਣਾ ਤੇ ਕੋਈ ਏਦਾਂ ਦਾ ਕੋਈ ਪੰਛੀ ਜਿਹੜਾ ਸਪੈਸ਼ਲੀ ਪਹਿਲਾਂ ਤੁਸੀਂ ਕਦੀ ਦੇਖੇ ਨਾ ਹੋਵੇ ਤੇ ਅੱਜ ਕੱਲ ਉਹ ਤੁਹਾਨੂੰ ਦੇਖਣ ਨੂੰ ਆਮ ਮਿਲ ਰਿਹਾ ਹੋਵੇ ਵੀ ਜਿਹੜੇ ਜੀ ਮੈਂ ਨਾਮ ਲਏ ਆ ਤੁਹਾਨੂੰ ਜਿਵੇਂ ਸੱਤ ਭੈਣਾਂ ਵੀ ਹੋ ਗਿਆ ਨੀਲਕੰਠ ਵੀ ਹੋ ਗਿਆ ਪਹਿਲਾਂ ਬਹੁਤ ਘੱਟ ਦਿਖਦਾ ਸੀ ਆਪਾਂ ਇੱਕ ਆਮ ਹੀ ਕਹਾਵਤ ਸੀ ਵੀ ਦੁਸ਼ਹਿਰੇ ਵੇਲੇ ਨੀਲਕੰਠ ਵੇਖਣਾ ਠੀਕ ਹੈ ਜੀ ਗਰੜ ਕਹਿੰਦੇ ਆ ਜਿਹਨੂੰ ਆਪਾਂ ਉਹ ਵੀ ਦੇਖਣਾ ਬਹੁਤ ਵਧੀਆ ਹੁੰਦਾ ਤੇ ਪਰ ਆਪਣੇ ਲੋਕ ਜਿਹੜਾ ਕਿੰਗ ਫਿਸ਼ਰ ਹੈ ਜੀ ਮਛੇਰਾ ਉਹਨੂੰ ਹੀ ਇਹ ਨੀਲਕੰਠ ਕਹੀ ਗਏ ਆ ਹੁਣ ਤੱਕ ਉਹ ਅਸੀਂ ਵੇਖਿਆ ਨਹੀਂ ਸੀ ਜੀ ਉਹ ਹੁਣ ਬਹੁਤ ਵੇਖਣ ਨੂੰ ਮਿਲਦਾ ਆਪਣੇ ਨੈਸਟ ਬੁਕਸ ਦੇ ਵਿੱਚ ਉਹ ਆਉਂਦਾ ਇਹ ਜਿਹੜਾ ਸ਼ੌਂਕ ਆ ਇਹਦੇ ਵਿੱਚ ਜਿਵੇਂ ਕਹਿੰਦਾ ਵੀ ਸਭ ਤੋਂ ਪਹਿਲਾਂ ਮੈਨੂੰ ਵੀ ਥੋੜ੍ਹਾ ਤੁਹਾਨੂੰ ਪਤਾ ਵੀ ਸ਼ੌਂਕ ਹੈ ਇਹਨਾਂ ਚੀਜ਼ਾਂ ਦਾ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ ਕੀ ਵਾਕਿਆ ਤੁਹਾਨੂੰ ਵੀ ਕੋਈ ਇੱਦਾਂ ਦੀ ਪ੍ਰੋਬਲਮ ਆਈ ਹੈ ਹਾਂਜੀ ਇੱਕ ਇਹ ਹੈ ਜੀ ਜੇ ਤਾਂ ਹੁਣ ਦੇਖੋ ਸਾਡੇ ਪਿੰਡ ਦੇ ਲੋਕ ਵੀ ਸਹਿਯੋਗ ਬਹੁਤ ਕਰਦੇ ਸਾਡਾ ਤੇ ਬਾਕੀ ਆਪਦਾ ਦੇਖਣਾ ਪੈਂਦਾ ਜੀ ਸਾਨੂੰ ਜਦੋਂ ਨਾ ਸ਼ੌਂਕ ਹੁੰਦਾ ਬੰਦੇ ਨੂੰ
ਵੀ ਆਪਾਂ ਕਰਨਾ ਜਿਵੇਂ ਸਪੈਰੋ ਡੇ ਆ ਜੀ, ਅਸੀਂ ਇਹ ਨਹੀਂ ਵੇਖਦੇ ਵੀ ਕੋਈ ਸਾਨੂੰ ਆਲਣੇ ਦੇਊਗਾ ਜਾਂ ਨਾ ਦੇਊਗਾ ਜਾਂ ਬੂਟੇ ਦੇਊ ਜਾਂ ਨਾ ਦੇਊ, ਅਸੀਂ ਆਪਣੇ ਤੌਰ 'ਤੇ ਹੀ ਲਿਆਉਣੇ ਹੁੰਦੇ ਹਾਂ, ਅਸੀਂ ਜਿੰਨੇ ਕੁ ਵੀ ਹੈਗੇ ਹਾਂ 5-7 ਜਣੇ ਅਤੇ ਆਪਣੇ ਵੱਲੋਂ ਪੈਸੇ ਪਾ ਕੇ ਲਿਆਉਣੇ ਹਾਂ ਜੀ। ਨੈਸਟ ਬੋਕਸ ਲਾਉਣੀ ਲਾਉਣੇ ਆ ਸਪੈਰੋ ਡੇ 'ਤੇ, ਇਸ ਵਾਰ ਵੀ ਅਸੀਂ 550 ਜਿਹੜਾ ਨੈਸਟ ਬੋਕਸ ਲਗਾਇਆ ਜੀ। ਆਪਣੇ 20-25 ਜਣੇ ਹੈਗੇ ਆ ਜੀ। ਹਾਂਜੀ, ਵੀ ਜਿਹੜੇ ਊ ਤਾਂ ਵੈਸੇ ਸਾਰਾ ਪਿੰਡ ਹੀ ਆ ਜੀ, ਕਿਉਂਕਿ ਜਦੋਂ ਆਪਾਂ ਨੂੰ ਕੋਈ ਨਾ ਹੀ ਨਾ ਕਰੇ, ਜਿਹੜੇ ਵੀ ਵੀਰ ਭੈਣ ਭਰਾ ਨੂੰ ਕਹੀਦਾ ਵੀ ਸਾਡਾ ਸਾਥ ਦਿਓ, ਆਪਾਂ ਬੂਟੇ ਲਾਉਣੇ ਆ, ਵੀ ਕੋਈ ਨਾ ਨਹੀਂ ਕਰਦਾ ਜੀ। ਹਾਂ ਵੀ ਮੈਂ ਇਹ ਕਹਿੰਦਾ ਵੀ ਇਹ 20-25 ਬੰਦੇ ਹੀ ਹੈ ਅਤੇ ਇਹ ਗੱਲ ਗਲਤ ਹੋਊਗੀ ਜੀ, ਵੀ ਸਾਰੇ ਹੀ ਆਪਣਾ ਸਹਿਯੋਗ ਦਿੰਦੇ ਜਿਹੜੇ ਮਰਜ਼ੀ ਨੂੰ ਕਹਿ ਦਈਏ ਜੀ। ਇੱਕ ਨਾ ਚੇਤਕ ਹੁੰਦੀ ਆ, ਆਪਾਂ ਕਿਸੇ ਚੀਜ਼ ਨੂੰ ਵੇਖ ਕੇ ਭਾਵੁਕ ਹੁੰਦੇ ਹਾਂ ਜਾਂ ਆਪਾਂ ਨੂੰ ਉਹ ਪਤਾ ਲੱਗਦਾ ਵੀ ਹਾਂ ਸਾਨੂੰ ਇਹ ਵੀ ਕੰਮ ਕਰਨਾ ਚਾਹੀਦਾ। ਸਪੋਜ਼ ਮੈਨੂੰ, ਮੈਂ ਚਾਹਵਾਂ ਕਿ ਮੇਰੇ ਘਰ ਜਿਹੜੀ ਪਹਿਲਾਂ ਦੀ ਤਰ੍ਹਾਂ ਜਿਹੜੇ ਸਾਡੇ ਅੱਜ ਤੋਂ 30-35 ਸਾਲ ਪਹਿਲਾਂ ਰੌਣਕਾਂ ਹੁੰਦੇ ਸੀ, ਪੰਛੀ ਲਾਉਂਦੇ ਸੀ, ਤੜਕੇ ਉਠਾਉਂਦੇ ਸੀ ਬੜੀਆਂ ਹੈ ਨਾ ਮਿੱਠੀਆਂ ਅਤੇ ਪਿਆਰੀਆਂ ਆਵਾਜ਼ਾਂ ਦੇ ਨਾਲ। ਅਸਲ 'ਚ ਕੀ ਇਹ ਸੰਗੀਤ ਹੈ, 7 ਸੁਰਾਂ ਜਿਸ ਤਰ੍ਹਾਂ ਬਣੀਆਂ ਨੇ ਤਾਂ 7 ਸੁਰਾਂ ਇਹਨਾਂ ਤੋਂ ਹੀ ਬਣੀਆਂ ਨੇ, ਜਿਹੜੀ ਸੰਗੀਤ ਦੀ ਉਤਪਤੀ ਹੋਈ ਹੈ ਉਹ ਇੱਥੋਂ ਹੀ ਹੋਈ ਹੈ। ਜੇ ਮੈਂ ਅੱਜ ਚਾਹਵਾਂ ਅੱਜ ਦੀ ਤਰੀਕ ਵਿੱਚ ਵੀ ਮੇਰੇ ਘਰ ਇਹ ਰੌਣਕਾਂ ਫਿਰ ਵਾਪਸ ਆਉਣ, ਤਾਂ ਮੈਨੂੰ ਉਹਦੇ ਲਈ ਕੀ ਸੰਭਵ ਯਤਨ ਕਰਨੇ ਚਾਹੀਦੇ ਨੇ? ਦੇਖੋ ਜੀ, ਜਿਵੇਂ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਨੈਸਟ ਬੋਕਸ ਲਗਾਉਣੇ ਚਾਹੀਦੇ ਆ ਜੀ। ਚਾਹੇ ਆਪਾਂ ਕੋਈ ਨਵਾਂ ਘਰ ਬਣਾ ਰਹੇ ਹਾਂ, ਉਹਦੇ ਵਿੱਚ ਖੁੱਡਾਂ ਰੱਖ ਸਕਦੇ ਹਾਂ ਆਪਾਂ ਇਹਨਾਂ ਦੇ ਰਹਿਣ ਲਈ, ਕਿਉਂਕਿ ਇਹਨਾਂ ਜਿਹੜੇ ਪੰਛੀ ਖੁੱਡਾਂ ਵਾਲੇ ਆ ਜਿਹੜੇ ਕੁਦਰਤ 'ਤੇ ਨਿਰਭਰ ਸੀ, ਆਪਾਂ ਉਹਨਾਂ ਦਾ ਢਾਹ ਢੇਰੀ ਕੀਤੇ ਆ ਜਿਹੜੇ ਉਹਨਾਂ ਦੇ ਰਹਿਣ ਦੇ ਸੋਮੇ, ਅਤੇ ਉਹਨਾਂ ਨੂੰ ਆਪਾਂ ਘਰਾਂ ਵਿੱਚ ਖੁੱਡਾਂ ਰੱਖ ਕੇ ਜਾਂ ਆਪਾਂ ਨੈਸਟ ਬੋਕਸ ਲਗਾ ਕੇ ਅਤੇ ਜਾਂ ਜਿਹੜੇ ਦਰੱਖਤ ਆ ਜੀ, ਜਿਵੇਂ ਕਿੱਕਰ ਹੋ ਗਈ ਜੀ, ਦੇਸੀ ਬੇਰੀ ਹੋ ਗਈ, ਬੋਗਨ ਬੇਲ ਹੋ ਗਈ, ਮਹਿੰਦੀ ਹੋ ਗਈ, ਅਤੇ ਹੋਰ ਜੰਗਲ ਜਲੇਬੀ ਹੋ ਗਈ, ਅਤੇ ਹੋਰ ਬਹੁਤ ਸਾਰੇ ਜਿਹੜੇ ਝਾੜੀਦਾਰ ਰੁੱਖ ਹੈਗੇ ਆਪਣੇ, ਉਹ ਲਗਾ ਕੇ ਆਪਾਂ ਇਹਨਾਂ ਨੂੰ ਵਾਪਸ ਬੁਲਾ ਸਕਦੇ ਹਾਂ। ਤੇ ਮਤਲਬ ਪਾਣੀ ਵਗੈਰਾ ਦਾ ਕੀ ਸਿਸਟਮ ਹੁੰਦਾ ਉਹਦੇ ਬਾਰੇ ਸਾਨੂੰ ਥੋੜਾ ਡਿਟੇਲ ਦੱਸੋ? ਪਾਣੀ ਜੀ ਇਦਾਂ ਬਹੁਤ ਵੀਰ ਪਾਣੀ ਰੱਖਦੇ ਵੀ ਹੈਗੇ ਆ ਤੇ ਉਹਦੇ ਨਾਲ ਨਾ ਜੀ ਕਈ ਵਾਰ ਹਰਿਆਲੀ ਜੰਮ ਜਾਂਦੀ ਆ ਉਹਦੇ ਵਿੱਚ ਪਾਣੀ। ਹਾਂਜੀ ਹਾਂਜੀ, ਉਹ ਪਾਣੀ ਆਪਾਂ ਭਰੀ ਜਾਂਦੇ ਰਹਿੰਦੇ ਆ, ਪਰ ਉਹ ਜਲਬ ਜਾਂਦੀ ਨਹੀਂ ਹੈਗੀ ਜੀ, ਉਹ ਸਾਫ ਕਰਨੀ ਪੈਂਦੀ ਆ, ਉਹ ਹੱਥ ਨਾਲ ਨਹੀਂ ਸਾਫ ਕਰਨੀ ਚਾਹੀਦੀ, ਨਾ ਹੀ ਉਹ ਹੋਵੇ ਉਹਨੂੰ, ਜਾਂ ਤਾਂ ਕੋਈ ਘਾਹ ਲੈ ਲਓ ਜੀ ਜਾਂ ਆਪਣੇ ਹੋਰ ਬਹੁਤ ਸਾਰੇ ਆਪਣਾ ਮਟੀਰੀਅਲ ਹੁੰਦਾ ਹੀ ਆ ਸਾਫ ਸਫਾਈ ਕਰਨ ਵਾਲਾ, ਉਹਦੇ ਨਾਲ ਉਹਨੂੰ ਸਾਫ ਕਰਕੇ ਰੋਜ਼ ਭਰੋ ਜੀ, ਨਾਲ ਤਾਂ ਪੰਛੀਆਂ ਨੂੰ ਕੋਈ ਬਿਮਾਰੀ ਨਹੀਂ ਲੱਗਣੀ ਜੀ। ਜੇ ਹੋ ਸਕਦਾ ਤਾਂ ਆਪਾਂ ਖੰਡ ਦੇ 4 ਦਾਣੇ ਪਾ ਦਿਆ ਕਰੀਏ ਤਾਂ ਬੜੀ ਵਧੀਆ ਗੱਲ ਹੈ ਜੀ, ਪਾਣੀ ਦੇ ਵਿੱਚ। ਹਾਂਜੀ ਹਾਂਜੀ, ਉਹਨੂੰ ਘੋਲ ਵਧੀਆ ਹੁੰਦਾ ਜੀ ਹੈ ਨਾ ਗਰਮੀ ਕਰਕੇ, ਅਤੇ ਵੀ ਜ਼ਿਆਦਾ ਇਹਨੂੰ ਹਰਿਆਲੀ ਨਾ ਜੰਮਣ ਦਿਓ ਜੀ। ਮੇਰਾ ਕਹਿਣ ਦਾ ਭਾਵ ਇਹ ਹੈ ਵੀ ਪਾਣੀ ਘੱਟ ਵੀ ਪੀਂਦੇ ਆ ਅਤੇ ਉਹਨਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ। ਜਦੋਂ ਆਪਾਂ ਇੱਦਾਂ ਦੇ ਕੋਈ ਯਤਨ ਕਰਦੇ ਹਾਂ ਨਾ, ਖਾਸ ਤੌਰ 'ਤੇ ਪਿੰਡਾਂ ਦੇ ਵਿੱਚ ਕਹਿ ਲਈ 70-80% ਲੋਕ ਜਿਹੜੇ ਹੁੰਦੇ ਤੁਹਾਡਾ ਸਹਿਯੋਗ ਕਰਦੇ, ਤੁਹਾਨੂੰ ਸਾਥ ਦਿੰਦੇ ਆ, ਪਰ ਕੁਝ ਕੁ ਪਰਸੈਂਟ ਜਿਹੜੇ ਲੋਕ ਇਹਨਾਂ ਲੱਤਾਂ ਬਹੁਤ ਖਿੱਚਦੇ ਨੇ। ਹਾਂਜੀ, ਬਾਕੀ ਉਹ ਤਾਂ ਸਾਰੇ ਪਿੰਡਾਂ 'ਚ ਹੀ ਹੁੰਦੇ ਨਹੀਂ, ਇਹ ਤਾਂ ਸਾਰੇ ਪਿੰਡਾਂ 'ਚ ਹੀ ਹੁੰਦੇ ਜੀ। ਇਹ ਤਾਂ ਜੀ ਮੈਂ ਇਹ ਕਹਿਣਾ ਵੀ ਤੁਸੀਂ ਦੇਖੋ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਐਡੇ ਵੱਡੇ ਕੰਮ ਕੀਤੇ ਹੈ ਨਾ, ਉਹਨਾਂ ਨੂੰ ਵੀ ਮਾੜਾ ਕਿਹਾ, ਪਰ ਆਪਾਂ ਇਹ ਗੱਲ ਕਹਿੰਦੇ ਹਾਂ ਜੀ ਵੀ ਕਹਿੰਦਾ ਕੋਈ ਕਹੀ ਜਾਂਦੇ ਜੀ, ਆਪਾਂ ਕਿਹੜਾ ਕਿਸੇ ਤੋਂ ਲੈਣਾ ਹੈ ਨਾ, ਆਪਾਂ ਆਪਦਾ ਕੰਮ ਕਰਨਾ ਜੀ, ਕਰਦੇ ਰਹਿਣਾ, ਨਾ ਉਹਨਾਂ ਦੀਆਂ ਲੱਤਾਂ ਖਿੱਚਣ ਨਾਲ ਆਪਾਂ ਹਟਣਾ ਅਤੇ ਨਾ ਹੀ ਲੱਗਣਾ। ਤੇ ਅੱਜ ਕੱਲ ਤੁਹਾਡੇ ਕੋਲੇ ਮਤਲਬ ਜਿਹੜੇ ਤੁਸੀਂ ਪਿੰਡ 'ਚ ਜਾਂ ਆਪਣੇ, ਮੈਂ ਦੇਖਿਆ ਵੀ ਤੁਹਾਡੇ ਪਰਿਵਾਰ ਦੇ ਘਰ ਦੇ ਵਿੱਚ ਹੈ ਨਾ, ਸਾਰੇ ਬਾਹਰ ਅੰਦਰ ਕੋਠੀ ਦੇ ਅੰਦਰ ਵੀ ਵੱਖ ਵੱਖ ਤਰ੍ਹਾਂ ਦੇ ਪੌਦੇ ਤੁਸੀਂ ਲਾਏ ਹੋਏ ਨੇ ਹੈ ਨਾ, ਬੂਟੇ ਤੁਸੀਂ ਲਾਏ ਹੋਏ ਨੇ, ਤੇ ਕਿਹੜੀਆਂ ਨਵੇਂ ਪੌਦੇ ਤੁਸੀਂ ਪਿੰਡ 'ਚ ਲਾਉਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੇ ਨਾਂ ਜ਼ਰੂਰ? ਮੈਂ ਇਹ ਕਹਿਣਾ ਵੀ ਹੁਣ ਨਾ ਜਿਵੇਂ ਆਪਣੇ ਜਿਹੜੇ ਅਲੋਪ ਹੋਏ ਸੀ ਰੁੱਖ, ਜਿਵੇਂ ਜੰਗਲ ਜਲੇਬੀ, ਰੇਰੂ ਹੋ ਗਿਆ ਜੀ, ਫਰਮਾਹ ਹੋ ਗਿਆ, ਰੂਹੂੜਾ ਹੋ ਗਿਆ, ਵਣ ਹੋ ਗਿਆ, ਕਰੀਰ ਹੋ ਗਏ ਜੀ, ਅਤੇ ਹੋਰ ਜਿਹੜੇ ਨਿੰਮਾਂ ਹੋ ਗਈਆਂ ਹੈ ਨਾ, ਟਾਹਲੀਆਂ ਹੋ ਗਈਆਂ, ਅਤੇ ਹੋਰ ਆਪਣੇ ਗੁੱਲਰ ਵਗੈਰਾ, ਅਤੇ ਇੱਦਾਂ ਦੇ ਜਿਹੜੇ ਰੁੱਖ ਹੈ ਵੀ ਮੈਂ ਕਹਿੰਦਾ ਵੀ ਜਿਹੜੇ ਆਪਾਂ ਖਤਮ ਕਰ ਚੁੱਕੇ ਹਾਂ ਉਹਨਾਂ ਨੂੰ ਆਪਾਂ ਮੁੜ ਦੁਬਾਰਾ ਜਿਹੜਾ ਹੈਗਾ ਆਪਣੇ ਪਿੰਡ ਦੇ ਵਿੱਚ ਲਾਈਏ, ਉਹ ਅਸੀਂ ਦਿਨ ਬਾ ਦਿਨ ਲਾ ਰਹੇ ਹਾਂ ਜੀ। ਹਜੇ ਸਾਡੇ ਕੋਲ ਜਦੋਂ ਕੋਈ ਬੀਜ ਆ ਜਾਂਦਾ ਕਿਸੇ ਬੂਟੇ ਦਾ, ਉਹ ਅਸੀਂ ਪਹਿਲਾਂ ਆਪਣੇ ਕੋਲ ਤਿਆਰ ਕਰਦੇ ਹਾਂ, ਫਿਰ ਇਹ ਸਾਨੂੰ ਇਹ ਹੁੰਦਾ ਵੀ ਇਹ ਆਪਾਂ ਨੂੰ ਬੂਟਾ ਵੱਡਾ ਹੋ ਕੇ ਫਲੀਆਂ ਦੇਊਗਾ, ਉਹਦੇ 'ਚੋਂ ਆਪਾਂ ਨੂੰ ਹੈ ਨਾ ਬੀਜ ਮਿਲੂਗਾ ਅਤੇ ਫਿਰ ਆਪਾਂ ਅੱਗੇ ਹੋਰ ਵਧਾਵਾਂਗੇ, ਅਤੇ ਇਹ ਅਸੀਂ ਕਰ ਰਹੇ ਹਾਂ ਜੀ। ਅਤੇ ਤੁਹਾਨੂੰ ਦੇਖ ਕੇ ਬਹੁਤ ਸਾਰੇ ਸੱਜਣਾਂ ਨੇ ਤੁਹਾਨੂੰ ਕਹਿਣਾ, ਤੁਹਾਡੇ ਦੋਸਤਾਂ ਨੇ, ਨੇੜੇ ਦੇ ਪਿੰਡ ਵਾਲਿਆਂ ਨੇ,
ਵੀ ਸਾਡੇ ਪਿੰਡ ਵੀ ਇੱਦਾਂ ਦਾ ਕਰੋ ਹਨਾ, ਵੀ ਅਸੀਂ ਵੀ ਚਾਹੁੰਦੇ ਵੀ ਸਾਡਾ ਵੀ ਮਾਹੌਲ ਜਿਹੜਾ ਬੜਾ ਸ਼ਾਂਤਮਈ ਮੁਹੱਬਤੀ ਬਣੇ, ਕੁਦਰਤੀ ਜਿਹਨੂੰ ਕਹਿੰਦੇ ਆਪਾਂ ਕੁਦਰਤ ਦੇ ਨੇੜੇ ਜਾਈਏ, ਕੋਸ਼ਿਸ਼ ਹਰ ਇੱਕ ਬੰਦਾ ਕਰਦਾ। ਤੇ ਕਿਹੜੇ ਕਿਹੜੇ ਉਹ ਪਿੰਡ ਨੇ ਜਾਂ ਕਿਹੜੇ ਕਿਹੜੇ ਤੁਹਾਡੇ ਸਹਿਯੋਗੀ ਨੇ ਜਿਹੜੇ ਵਧੀਆ ਕੰਮ ਕਰ ਰਹੇ ਤੁਹਾਨੂੰ ਐਂ ਲੱਗੇ? ਨਹੀਂ ਵਧੀਆ ਜੀ, ਹੁਣ ਜਿਵੇਂ ਹੰਡਿਆਏ ਵਾਲੇ ਮੁੰਡੇ ਆ, ਕਾਲੇਕਿਆਂ ਤੋਂ ਮੁੰਡੇ ਹੈਗੇ ਆ, ਪੱਖੋ ਦੇ ਮੁੰਡੇ ਹੈਗੇ ਆ, ਹੋਰ ਬਹੁਤ ਸਾਰੇ ਪਿੰਡ ਹੈਗੇ ਆ ਵੀ ਜਿਹੜੇ ਪਿੰਡਾਂ ਦੇ ਵਿੱਚ, ਹੁਣ ਬਹੁਤ ਪੰਜਾਬ ਦੇ ਬਹੁਤ ਪਿੰਡ ਆ ਜੀ। ਜੇ ਮੈਂ ਹੁਣ ਇਹ ਕਹੂੰਗਾ ਜਿਵੇਂ ਹੁਣ ਨਵਾਂ ਸ਼ਹਿਰ ਵਾਲੇ ਮੁੰਡੇ ਆ, ਰਾਜਾ ਕੈਂਥ ਵਰਗੇ, ਬੇਨਜੀਰ ਮੱਲਣ ਹੋਰੇ ਵਰਗੇ ਆ, ਅਤੇ ਬਾਈ ਗੁਰਪ੍ਰੀਤ ਮੱਲਣ ਹੈ, ਅਤੇ ਇੱਦਾਂ ਦੇ ਬੰਦੇ ਬਾਈ ਸੀਰ ਵਾਲੇ, ਸੰਦੀਪ ਅਰੋੜੇ ਵਰਗੇ ਆ, ਹੈ ਨਾ, ਉਹ ਵਧੀਆ ਕੰਮ ਕਰਦੇ ਆ। ਇੱਧਰੋਂ ਆਪਣੇ ਸਮਰਾਲਾ ਤੋਂ ਗੁਰਪ੍ਰੀਤ ਬੇਦੀ ਹੋਰੀ ਹੈ, ਅਤੇ ਵਧੀਆ ਕੰਮ ਕਰੀ ਜਾਂਦੇ ਆ ਜੀ ਉਹ, ਹੈ ਨਾ, ਆਪਣੇ ਆਪਣੇ ਤੌਰ 'ਤੇ, ਅਤੇ ਆਪਾਂ ਸਹਿਯੋਗ ਵੀ ਉਹਨਾਂ ਦਾ ਕਰਦੇ ਹਾਂ। ਮਤਲਬ ਵੀ ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀ ਸੋਚਿਆ ਨਹੀਂ ਹੋਣਾ ਵੀ ਇਹ ਜਿਹੜਾ ਆਪਣਾ ਕਾਫਲਾ ਇੰਨਾ ਲੰਬਾ ਵੱਧ ਜਾਣਾ, ਹੈ ਨਾ, ਇੰਨੀ ਦੂਰ ਦੂਰ ਤੱਕ ਚਲਾ ਜਾਣਾ, ਸੰਤੁਸ਼ਟੀ ਕਿੰਨੀ ਹੁੰਦੀ ਮਨ ਨੂੰ ਵੀ ਕੁਛ, ਹਾਂ ਵੀ ਆਪਣੇ ਲਈ ਕੁਛ ਕਰ ਰਹੇ ਹਾਂ, ਆਪਣੇ ਦਿਲ ਦੀ ਜਿੱਦਾਂ ਕਹਿੰਦੇ ਵੀ ਰੀਝ ਪੁਕਾ ਰਹੇ ਹਾਂ। ਦੇਖੋ ਜੀ, ਮੈਂ ਨਾ ਇਹ ਕਹਿਣਾ ਵੀ ਕਈ ਵਾਰ ਆਪਾਂ ਬੰਦੇ ਕਹਿ ਦਿੰਦੇ ਵੀ ਯਾਰ ਤੁਸੀਂ ਸੇਵਾ ਕਰ ਰਹੇ ਹੋ, ਹੈ ਨਾ, ਬਹੁਤ ਵਧੀਆ ਕੰਮ ਕਰ ਰਹੇ ਹੋ, ਅਤੇ ਮੈਨੂੰ ਸ਼ਰਮਿੰਦਗੀ ਜੀ ਫੀਲ ਹੁੰਦੀ ਆ ਵੀ ਸੇਵਾ ਤਾਂ ਨਹੀਂ ਆਪਾਂ ਕਰ ਰਹੇ ਜੀ, ਹੈ ਨਾ, ਆਪਾਂ ਤਾਂ ਆਪਣਾ ਫਰਜ਼ ਅਦਾ ਕਰ ਰਹੇ ਹਾਂ, ਜਿਹੜਾ ਆਪਣੇ ਪੁਰਖਿਆਂ ਨੇ ਇਹਨਾਂ ਦੇ ਘਰ ਉਜਾੜੇ ਨੇ, ਆਪਣੇ ਵਿਰਾਸਤੀ ਰੁੱਖ ਉਖਾੜੇ ਨੇ, ਹੈ ਨਾ, ਵੀ ਆਪਾਂ ਉਹਨਾਂ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਆਪਾਂ ਇਹ ਗੱਲ ਕਹੀਏ ਵੀ ਅਸੀਂ ਬਹੁਤ ਵੱਡਾ ਕੰਮ ਕਰਤਾ ਜਾਂ ਸੇਵਾ ਕਰਤੀ, ਮੈਂ ਨਹੀਂ ਇਹਨੂੰ ਮੰਨਦਾ ਜੀ। ਹਾਂਜੀ, ਅਤੇ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ? ਪਰਿਵਾਰ ਦੇ ਸਹਿਯੋਗ ਨਾਲ ਹੀ ਹੈ ਜੀ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਜੇ ਨਾ ਸਹਿਯੋਗ ਦੇਵੇ ਪਰਿਵਾਰ, ਫਿਰ ਤਾਂ ਬੰਦਾ ਇੰਚ ਨਹੀਂ ਪਰਾਂ ਹੋ ਸਕਦਾ ਨਾ। ਸਪੋਰਟ ਕਰਦੇ ਆ ਜੀ ਸਾਰੇ, ਉਹ ਜਿਹੜੇ ਆ ਘਰ ਵਾਲੇ ਬੂਟੇ ਆ ਸਾਰੇ ਉਹਨਾਂ ਨੇ ਪਾਲੇ ਆ, ਮੇਰਾ ਬ੍ਰਦਰ ਹੈ ਹਰਦੀਪ, ਆਪਣਾ ਪ੍ਰੇਮ, ਅਤੇ ਜਗਤਾਰ ਹੋਰੀ ਹੈਗੇ ਆ, ਕੁਲਦੀਪ ਹੈਗਾ, ਅਤੇ ਕਰਨੈਲ ਸਿੰਘ ਜੀ, ਮਾਸਟਰ ਅਵਤਾਰ ਜੀ, ਅਤੇ ਇੱਦਾਂ ਦੇ ਹੋਰ ਬਹੁਤ ਸਾਰੇ ਵੀਰ ਹੈਗੇ ਆ ਜਿਹੜੇ ਸਪੋਰਟ ਕਰਦੇ ਆ ਜੀ, ਹੈ ਨਾ। ਅਤੇ ਤੁਹਾਡੇ ਮੈਂ ਦੇਖਿਆ ਵੀ ਜਦੋਂ ਆਪਾਂ ਆਏ ਸੀ ਅੰਦਰ ਕੋਠੀ ਦੇ ਵਿੱਚ ਵੀ ਬਹੁਤ ਸਾਰੇ ਉੱਲੂ ਵਗੈਰਾ ਉਹ ਆਪਣੇ ਆਲਣੇ ਦੇ ਵਿੱਚ ਬੈਠੇ ਸੀਗੇ, ਹੈ ਨਾ, ਚਿੜੀਆਂ ਕਬੂਤਰ ਹੋਰ ਬਹੁਤ ਸਾਰੇ ਜਾਨਵਰ, ਅਤੇ ਦਿਲ ਦੀਆਂ ਗੱਲਾਂ ਫਿਰ ਅਸਲ 'ਚ ਇਹ ਵੀ ਆਪਣੇ ਵਾਂਗੂ ਸੋਚਦੇ ਨੇ ਜਾਂ ਕਿੱਦਾਂ, ਤੁਸੀਂ ਫੀਲਿੰਗ ਕੀ ਕਰਦੇ ਹੋ ਉਸ ਚੀਜ਼ ਦੀ? ਦੇਖੋ ਜੀ, ਜਿਵੇਂ ਹੁਣ ਮੰਨ ਲਓ ਅਸੀਂ ਜਦੋਂ ਆਪਾਂ ਤੁਸੀਂ ਗੱਲ ਕਰ ਰਹੇ ਸੀ ਮੇਰੇ ਨਾਲ ਵੀ, ਇਹ ਤੁਹਾਡੇ ਤੋਂ ਡਰਦੇ ਤਾਂ ਨਹੀਂ ਹੈਗੇ? ਜਦੋਂ ਨਾ ਜੀ ਇਹਨਾਂ ਨੂੰ ਪਹਿਚਾਣ ਹੁੰਦੀ ਆ ਬੰਦੇ ਦੀ, ਜਿੰਨੇ ਬੰਦੇ ਅਸੀਂ ਵਰਕ ਕਰਦੇ ਹਾਂ, ਜਦੋਂ ਆਪਾਂ ਇੱਕ ਵਾਰ ਪੰਛੀ ਨੂੰ ਥੋੜ੍ਹਾ ਜਿਹਾ ਉਡਾਉਣ ਦੀ ਕੋਸ਼ਿਸ਼ ਕਰਾਂਗੇ, ਇੱਕ ਵਾਰ ਵੀ ਕਰਤੀ ਜੀ, ਇਹਨਾਂ ਦੇ ਮਨਾਂ ਦੇ ਵਿੱਚ ਜੀ ਡਰ ਪੈ ਜਾਣਾ। ਤੁਸੀਂ ਬਾਹਰਲੇ ਮੁਲਕਾਂ 'ਚ ਵੇਖੋਗੇ ਪੰਛੀ ਬਹੁਤ ਘੱਟ ਦੱਸਦੇ ਆ ਜੀ, ਕਿਉਂਕਿ ਉੱਥੇ ਉਹਨਾਂ ਨੂੰ ਅਧਿਕਾਰ ਮਿਲੇ ਹੋਏ ਆ। ਇੱਥੇ ਆਪਣੇ ਇੰਡੀਆ ਦੇ ਵਿੱਚ ਅਧਿਕਾਰ ਨਹੀਂ ਮਿਲੇ, ਕਿਉਂਕਿ ਹਰ ਇੱਕ ਬੰਦਾ ਜਿਹੜਾ ਮਨੁੱਖ ਹੈ ਜੀ, ਮਨੁੱਖ ਨੇ ਇਹ ਸਮਝਿਆ ਹੋਇਆ ਵੀ ਇਸ ਧਰਤੀ ਦਾ ਜਿਹੜਾ ਮੈਂ ਰਾਜਾ, ਵੀ ਇਸ ਧਰਤੀ 'ਤੇ ਹੋਰ ਕਿਸੇ ਦਾ ਕੋਈ ਅਧਿਕਾਰ ਨਹੀਂ। ਹਾਲਾਂਕਿ ਹਰ ਇੱਕ ਪਸ਼ੂ ਪੰਛੀ ਦਾ, ਹਰ ਇੱਕ ਰੁੱਖਾਂ ਦਾ, ਹਰ ਇੱਕ ਨੂੰ ਇੱਥੇ ਜਿਉਣ ਦਾ ਅਧਿਕਾਰ ਹੈ ਜੀ। ਅਤੇ ਵੀ ਮੇਨ ਗੱਲ ਇਹ ਹੈ ਵੀ ਜਦੋਂ ਆਪਾਂ ਇੱਥੇ, ਤੁਸੀਂ ਵੀ ਆਏ ਹੋ, ਤੁਹਾਡੇ ਤੋਂ ਇਹ ਭੈ ਖਾਣਗੇ, ਪਰ ਸਾਡੇ ਤੋਂ ਨਹੀਂ ਖਾਂਦੇ ਜੀ। ਹਾਂਜੀ, ਹਾਂਜੀ, ਅਧਿਕਾਰ ਤੋਂ ਮੇਰੇ ਗੱਲ ਯਾਦ ਹੈ ਕਿ ਪੰਜਾਬ ਦੇ ਪ੍ਰਸਿੱਧ ਸ਼ਾਇਰ ਨੇ ਮੱਖਣ ਬਰਾੜ ਸਾਹਿਬ, ਬੜਾ ਸੋਹਣਾ ਲਿਖਦੇ ਨੇ, ਅਤੇ ਉਹਨਾਂ ਨੇ ਮੈਨੂੰ ਇੱਕ ਦਿਨ ਗੱਲ ਦੱਸੀ ਵੀ ਮੈਂ ਕਿਤੇ ਜਾ ਰਿਹਾ ਸੀ ਤਾਂ ਇੱਕ ਕਹਿੰਦੇ ਗੋਰਾ ਸੀ ਅੰਗਰੇਜ਼, ਹੈ ਨਾ, ਉਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਵੀ ਉਹ ਜਿਹੜੀ ਲੇਡੀ ਜਾ ਰਹੀ ਹੈ ਵੀ ਤੁਹਾਡੀ ਕਮਿਊਨਿਟੀ ਦੀ, ਹੈ ਨਾ, ਵੀ ਤੁਸੀਂ ਇਹਦੇ ਪ੍ਰਤੀ ਮੈਨੂੰ ਗੱਲ ਸੀ, ਉਹ ਕਹਿੰਦੇ ਵੀ ਦੱਸ ਕੀ ਗੱਲ ਸੀ, ਕਹਿੰਦੇ ਗੱਲ ਇਹ ਵੀ ਇਹ ਲੇਡੀ ਹੁਣ ਬਜ਼ੁਰਗ ਹੋ ਗਈ ਹੈ, ਅਤੇ ਇਹ ਕੀ ਕਰਦੀ, ਜਿਹੜੀਆਂ ਘਰਾਂ 'ਚ ਬ੍ਰੈਡਾਂ ਵਗੈਰਾ ਬੱਚੀਆਂ ਹੁੰਦੀਆਂ ਜਾਂ ਰੋਟੀਆਂ ਬੱਚੀਆਂ, ਜਾਨਵਰਾਂ ਨੂੰ ਪਾ ਕੇ ਆ ਜਾਂਦੀ ਹੈ, ਅਤੇ ਉਹ ਕਹਿੰਦੇ ਫਿਰ ਤੈਨੂੰ ਕੀ ਪ੍ਰੋਬਲਮ ਆ? ਬਰਾੜ ਸਾਹਿਬ ਨੂੰ ਕਹਿੰਦੇ ਮੈਨੂੰ ਪ੍ਰੋਬਲਮ ਇਹ ਆ ਵੀ ਸਾਡੇ ਪੰਛੀਆਂ ਦੀਆਂ ਇਹ ਆਦਤਾਂ ਖਰਾਬ ਕਰ ਰਹੀ ਹੈ, ਵੀ ਅੱਜ ਤਾਂ ਇਹ ਪਾ ਰਹੀ ਹੈ, ਉਹਨਾਂ ਨੂੰ ਰੋਟੀ ਪਾ ਰਹੀ ਹੈ, ਚੁੱਗਾ ਪਾ ਰਹੀ ਹੈ, ਕੱਲ੍ਹ ਨੂੰ ਜਦੋਂ ਇਹ ਨਹੀਂ ਰਹੀ ਤਾਂ ਉਹ ਇੱਥੇ ਗਿੱਜ ਜਾਣਗੇ, ਵੀ ਉਹਨਾਂ ਦੀਆਂ ਆਦਤਾਂ ਖਰਾਬ ਹੋ ਜਾਣਗੀਆਂ, ਅਤੇ ਮੈਨੂੰ ਲੱਗਦਾ ਕਿ ਉੱਥੋਂ ਦੀਆਂ ਆਦਤਾਂ ਵਿਗੜਦੀਆਂ ਨੇ, ਆਪਣੇ ਆਦਤਾਂ ਪਾਉਣੀਆਂ ਚਾਹੀਦੀਆਂ ਨੇ ਤਾਂ ਕਿ ਆਪਾਂ ਇਹਨਾਂ ਨੂੰ ਬਚਾ ਸਕੀਏ। ਕਿਉਂਕਿ ਜੀ ਆਪਾਂ ਪਹਿਲੇ ਹੀ ਗੱਲ ਕਰਕੇ ਹਟੇ ਹਾਂ ਵੀ ਉੱਥੇ ਪੰਛੀਆਂ ਨੂੰ ਵੀ ਅਧਿਕਾਰ ਦਿੱਤੇ ਹੋਏ ਆ, ਵੀ ਜਿਵੇਂ ਕਿੰਨੇ ਜੰਗਲ ਨੇ ਜੀ, ਵੀ ਉੱਥੇ ਜੇ ਕੋਈ ਘਰ ਦੇ ਵਿੱਚੋਂ ਵੀ ਕੋਈ ਪਲਾਂਟ ਕੱਟਣਾ ਤਾਂ ਉਹ ਪਰਮਿਸ਼ਨ ਲੈਣੀ ਪੈਂਦੀ ਹੈ ਜੀ, ਇਹ ਦੱਸਣਾ ਪੈਂਦਾ ਵੀ ਤੁਹਾਨੂੰ ਕੀ ਤਕਲੀਫ ਹੈ ਇਹਦੇ ਤੋਂ, ਹੈ ਨਾ। ਜੇ ਵੀ ਹੁਣ ਆਪਣੇ ਇੱਥੇ ਜਿਹਦਾ ਜੀ ਕਰਦਾ ਜੀ ਉਹੀ, ਚਾਹੇ ਆਪਣੇ ਖੇਤ 'ਚ ਆ ਚਾਹੇ ਕੋਈ ਸਰਕਾਰੀ ਆ, ਉਹੀ ਪੱਟ ਲੈਂਦਾ, ਹੈ ਨਾ। ਮੈਂ ਇਹ ਕਹਿਣਾ ਵੀ ਜੇ ਆਪਣੇ ਸਾਰਾ ਸਿਸਟਮ ਠੀਕ ਹੁੰਦਾ ਜੀ, ਜੰਗਲ ਹੁੰਦੇ ਇੱਦਾਂ ਹੀ, ਤਾਂ ਆਪਾਂ ਨੂੰ ਅੱਜ ਨਾ ਦਾਣੇ ਪਾਉਣ ਦੀ ਲੋੜ ਸੀ, ਨਾ ਆਪਾਂ ਨੂੰ ਨੈਸਟ ਬੁਕਸ ਲਾਉਣ ਦੀ ਲੋੜ ਸੀ, ਨਾ ਜਿਹੜੇ ਹੈਗੇ ਆ ਉਹਨਾਂ ਨੂੰ ਪਾਣੀ ਰੱਖਣ ਦੀ ਲੋੜ ਸੀ। ਆਪਾਂ ਸਾਰੇ ਕੁਦਰਤੀ ਚੀਜ਼ਾਂ ਸਾਰੀਆਂ ਖਤਮ ਕਰੀਆਂ ਹੋਈਆਂ ਜੀ। ਹੁਣ ਪਾਣੀ ਦੇਖੋ ਕਿੰਨਾ ਜ਼ਹਿਰੀਲਾ ਹੋ ਗਿਆ ਜੀ, ਹੁਣ ਇਹ ਸਾਰਾ ਨਾਲੀਆਂ ਵਾਲਾ ਪਾਣੀ ਪੀਂਦੇ ਆ ਜੀ, ਗੰਦਾ ਪਾਣੀ,
ਅਤੇ ਮਨੁੱਖਤਾ ਜਿਹੜਾ ਹੈਗਾ ਜੀ, ਜੇ ਹੁਣ ਆਪਾਂ ਵੀ ਕਿਹੜਾ ਧਰਤੀ ਦੇ ਵਿੱਚ ਕੋਈ ਬਾਹਲਾ ਵਧੀਆ ਸਾਫ਼ ਪਾਣੀ ਪੀਂਦੇ ਹਾਂ, ਅਤੇ ਜਦੋਂ ਆਪਾਂ ਪੀਂਦੇ ਹਾਂ ਆਪਾਂ ਤਾਂ ਫਿਰ ਵੀ ਕੋਈ ਮੈਡੀਸਨ ਲੈ ਲਾਂਗੇ, ਪੰਛੀਆਂ ਨੂੰ ਕਿਹਨੇ ਪਛਾਣਨਾ ਜੀ, ਹੈ ਨਾ, ਇਹਨਾਂ ਨੇ ਤਾਂ ਵਿਚਾਰਿਆਂ ਨੇ ਹੀ ਮਰ ਮੁਰ ਜਾਣਾ। ਇੱਕ ਮੇਰੀ ਗੱਲ ਹੋਰ ਯਾਦ ਆ ਗਈ ਵੀ ਬਹੁਤ ਸਾਰੇ ਸੱਜਣ ਨੇ, ਬਹੁਤ ਸਾਰੇ ਪਿਆਰੇ, ਹੈ ਨਾ, ਜਿਹੜੇ ਪਿਆਰ ਕਰਦੇ ਆ ਇਨਵਾਇਰਮੈਂਟ ਨੂੰ, ਪੰਛੀਆਂ ਨੂੰ, ਉਹ ਆਲਣੇ ਤਾਂ ਲਾ ਲੈਂਦੇ ਨੇ, ਪਰ ਉਹਨਾਂ 'ਚ ਆਲਣੇ ਨਹੀਂ ਆਉਂਦੇ, ਆਲਣੇ ਦਾ ਸੋਰੀ ਆਲਣੇ 'ਚ ਜਾਨਵਰ ਪੰਛੀ ਨਹੀਂ ਆਉਂਦੇ। ਹਾਂਜੀ, ਉਹਦਾ ਮਤਲਬ ਕੀ ਕਾਰਨ ਹੁੰਦਾ ਅਤੇ ਕਿੱਦਾਂ ਲਾਉਣੇ ਚਾਹੀਦੇ ਆ? ਇਹ ਹਰ ਇੱਕ ਨੈਸਟ ਬੋਕਸ ਲਗਾਉਣ ਦਾ ਜੀ, ਇਹਨੂੰ ਪਹਿਲੀ ਗੱਲ ਤਾਂ ਆਪਾਂ ਨੈਸਟ ਬੋਕਸ ਹੀ ਕਹਿ ਸਕਦੇ ਹਾਂ, ਜਿਹੜਾ ਆਲਣਾ ਜੀ, ਆਲਣਾ ਉਹਨਾਂ ਨੇ ਆਪ ਤਿਆਰ ਕਰਨਾ ਵਿੱਚ। ਜੀ, ਜਿਵੇਂ ਆਪਣੇ ਆ ਤੁਸੀਂ ਆਵਾਜ਼ਾਂ ਸੁਣ ਰਹੇ ਹੋ, ਇਹ ਬਿਜੜਾ ਬੋਲ ਰਿਹਾ ਜੀ, ਅਤੇ ਇਹ ਬੁਣਤੀਦਾਰ ਪੰਛੀ ਹੈ, ਇਹਨੂੰ ਸਿਰਫ ਮਟੀਰੀਅਲ ਚਾਹੀਦਾ, ਜਿਵੇਂ ਆਪਾਂ ਕਹਿ ਲਈਏ ਵੀ ਆਗ ਹੁੰਦੇ ਆ, ਜਿਵੇਂ ਸਰਕੰਡਾ ਹੋ ਗਿਆ, ਹੋਰ ਹੈ ਨਾ ਚੌਲਾਂ ਦੇ ਵਿੱਚੋਂ ਵੀ ਇਹ ਉਹਨਾਂ ਦੇ ਲੈ ਜਾਂਦੇ ਆ, ਅਤੇ ਜਾਂ ਕੋਈ ਹੋਰ ਬਾਜਰਾ ਵਗੈਰਾ ਹੋ ਗਿਆ, ਇਹਨਾਂ ਨਾਲ ਇਹ ਆਪਣੀ ਬੁਣਤੀ ਕਰਕੇ ਆਪਣਾ ਨੈਸਟ ਬਣਾਉਂਦੇ ਆ, ਹੈ ਨਾ। ਪਰ ਜੇ ਆਪਾਂ ਮਟੀਰੀਅਲ ਨਹੀਂ ਛੱਡਾਂਗੇ, ਇਹ ਵੀ ਕਿੱਥੋਂ ਬਣਾਉਣਗੇ ਜੀ? ਹੁਣ ਜਿਹੜੇ ਪੰਛੀ ਹੈਗੇ ਆਪਣੇ ਆਪਣੇ ਉੱਤੇ ਡਿਪੈਂਡ ਨੇ, ਉਹਨਾਂ ਵਾਸਤੇ ਆਪਾਂ ਨੂੰ ਨੈਸਟ ਬੋਕਸ ਲਾਉਣੇ ਪੈਂਦੇ ਆ। ਨੈਸਟ ਬੋਕਸ ਜਦੋਂ ਆਪਾਂ ਲਾ ਲੈਂਦੇ ਹਾਂ, ਕਈ ਵਾਰ ਪਲੇਨ ਕੰਧ ਦੇ ਉੱਪਰ ਲਾ ਲੈਂਦੇ ਹਾਂ, ਪਲੇਨ ਕੰਧ 'ਤੇ ਲਾਤਾ ਜੀ, ਉਹਨੂੰ ਨਾ ਆਪਾਂ ਨੂੰ ਤਾਂ ਐਂ ਹੁੰਦਾ ਵੀ ਆਪਾਂ ਸਹੀ ਲਾਤਾ, ਪਰ ਪੰਛੀ ਆਪਣੇ ਤੋਂ ਬਹੁਤ ਜ਼ਿਆਦਾ ਸਮਝਦਾਰ ਹੈ, ਉਹਨੇ ਜੀ ਸਾਰਾ ਕੁਛ ਨੋਟ ਕਰਨਾ ਵੀ ਇੱਥੇ ਕੋਈ ਬਿੱਲੀ ਜਾਂ ਕੋਈ ਹੋਰ ਜਾਂ ਮਨੁੱਖ ਦੇ ਪਹੁੰਚ ਤੋਂ ਇਹ ਬਾਹਰ ਹੈ। ਜੇ ਪਹੁੰਚ ਤੋਂ ਬਾਹਰ ਆ ਤਾਂ ਫਿਰ ਉਹ ਆਪਣਾ ਆਲਣਾ ਵਿੱਚ ਬਣਾਉਣਾ ਉਹਨਾਂ ਨੇ, ਸੇਫਟੀ ਪੂਰੀ ਰੱਖ ਕੇ। ਹਾਂਜੀ ਹਾਂਜੀ, ਜੇ ਬਾਦਰੇ ਹੇਠ ਲੱਗ ਜੇ ਜੀ ਕੋਈ ਵੀ ਨੈਸਟ ਬੋਕਸ ਤਾਂ ਉਹ ਜ਼ਿਆਦਾ ਵਧੀਆ ਜੀ। ਅਤੇ ਨਹੀਂ ਜੇ ਆਪਾਂ ਦਰਖਤ 'ਤੇ ਲਾ ਦਈਏ, ਦਰਖਤ 'ਤੇ ਵੀ ਠੀਕ ਜੇ ਟਾਹਣੇ 'ਤੇ ਲਾਓ ਜੀ, ਕਿਉਂਕਿ ਵੱਡੇ ਟਾਹਣੇ 'ਤੇ ਵੀ ਬਿੱਲੀਆਂ ਦਾ ਖਤਰਾ ਹੁੰਦਾ। ਹਾਂਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਦਿਲ ਕਰਦਾ ਸੀ ਗੱਲਾਂ ਬਾਤਾਂ ਹੋਰ ਕਰੀਏ, ਅਤੇ ਜਲਦੀ ਹੀ ਫਿਰ ਮਿਲਾਂਗੇ। ਸੋ ਦੋਸਤੋ, ਤੁਸੀਂ ਵੀ ਕਿਰਪਾ ਕਰਿਓ, ਪੰਛੀਆਂ ਨੂੰ, ਪੌਦਿਆਂ ਨੂੰ, ਇਨਵਾਇਰਮੈਂਟ ਨੂੰ, ਵਾਤਾਵਰਨ ਨੂੰ ਆਪਾਂ ਬਚਾਈਏ। ਅਤੇ ਖਾਸ ਤੌਰ 'ਤੇ ਆਪਾਂ ਸਾਰਿਆਂ ਨੇ ਵੇਖਿਆ ਕਿ ਹੁਣ ਕਰੋਨਾ ਦੀ ਮਹਾਂਮਾਰੀ ਦੇ ਵਿੱਚ ਆਕਸੀਜਨ ਦੀ ਬਹੁਤ ਘਾਟ ਰਹੀ ਹੈ, ਆਪਾਂ ਹੁਣ ਤੋਂ ਯਤਨ ਕਰੀਏ ਕਿ ਆਪਾਂ ਤਾਂ ਚਲੋ ਆਪਣਾ ਜੀਵਨ ਲੰਘਾ ਲਾਂਗੇ, ਆਪਣੇ ਆਉਣ ਵਾਲੇ ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਘੱਟੋ ਘੱਟ ਸਾਹ ਨੇ ਜਿਹੜੇ ਉਹ ਮੁੱਲ ਖਰੀਦ ਕੇ ਨਾ ਲੈਣੇ ਪੈਣ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਜੀ, ਤੁਸੀਂ ਸਾਨੂੰ ਟਾਈਮ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਅਗਲੇ ਕਿਸੇ ਸਤਿਕਾਰ ਸੱਜਣ ਦੇ ਨਾਲ ਫਿਰ ਮਿਲਾਂਗੇ, ਤਦ ਤੱਕ ਸਾਨੂੰ ਯਾਨੀ ਕਿ ਮੈਨੂੰ ਜਗਦੀਪ ਜੋਗੇ ਨੂੰ ਅਤੇ ਪਿਆਰੇ ਵੀਰ ਸੰਦੀਪ ਧੌਲਾ ਜੀ ਨੂੰ ਦਿਓ ਇਜਾਜ਼ਤ। ਉਸ ਤੋਂ ਪਹਿਲਾਂ ਇੱਕ ਗੁਜ਼ਾਰਿਸ਼ ਸਾਰਿਆਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ, ਕਮੈਂਟ ਕਰਨਾ, ਲਾਈਕ ਕਰਨਾ। ਜਲਦੀ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।